ਕਹਿੰਦਾ ਆ ਕੇ ਵੀ ਤੁਸੀਂ ਵਿਸ਼ਾ ਹਾਂਜੀ ਭਰਾਵੋ ਟਕਸਾਲੀਓ ਹੱਥ ਬੰਨ ਕੇ ਬੇਨਤੀ ਆ ਕਿਸੇ ਸਿਆਣੇ ਜਿੰਮੇਵਾਰ ਬੰਦੇ ਨੂੰ ਲਿਆਓ ਇੱਕ ਗੱਲ ਤੁਹਾਨੂੰ ਮੰਨਣੀ ਪੈਣੀ ਆ ਤੁਸੀਂ ਰੇਡੀਓ ਤੇ ਆ ਕੇ ਆਪ ਗੁਰਬਚਨ ਸਿੰਘ ਪਿੰਡਰਾਲੇ ਦੀ ਗੁਰਬਾਣੀ ਪਾਠ ਦਰਸ਼ਨ ਪੜ੍ਹਨੀ ਸ਼ੁਰੂ ਕਰ ਦਿਓ ਸਮਝਾਓ ਸਾਨੂੰ ਕਿ ਸਿੱਖ ਧਰਮ ਨਾਲ ਕੀ ਲੈਣਾ ਦੇਣਾ ਉਸ ਗੱਲ ਦਾ ਦੱਸੋ ਸਾਨੂੰ ਵੀ ਡੈਮੋਕਰੇਸੀ ਦੇ ਵਿੱਚ ਹਥਿਆਰ ਚੱਕ ਕੇ ਕੀ ਕਨੇਡ ਦੇਖੋ ਇੱਕ ਗੱਲ ਦਾ ਖਿਆਲ ਕਰੀਏ ਅਸੀਂ ਕਹਿੰਦੇ ਹਾਂ ਅਤਿੰਦਰਪਾਲ ਦੀ ਵੀਡੀਓ ਆ ਹਾਂਜੀ ਉਹ ਚਲਾਉਣੀ ਚਾਹੁੰਦਾ ਸੀ ਮੈਂ ਠੀਕ ਪਰ ਆਪਾਂ ਦੇਖਦੇ ਕਿੱਦਾਂ ਹੁੰਦੀ ਕਬੀਰ ਦਾ ਮੈਸੇਜ ਆਇਆ ਉਹਨੂੰ ਫੋਨ ਵੀ ਕਰਨਾ ਠੀਕ ਹੈ ਜੀ ਉਹ ਨਾ ਅਤਿੰਦਰਪਾਲ ਉਹਦੇ ਵਿੱਚ ਗੱਲ ਕਰਦਾ ਹਾਂਜੀ ਕਹਿੰਦਾ ਭਾਈ 1.5 ਲੱਖ ਫੌਜ ਹਾਂਜੀ ਇੰਡੀਆ ਸਰਕਾਰ ਦੀ ਹਾਂਜੀ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਤੇ ਇੱਕ ਪਾਸੇ 15 ਪਤਾ ਨੀ 20 ਬੰਦੇ ਕਿੰਨੇ ਬੰਦੇ ਕਹਿੰਦਾ ਉਹਨੇ ਮੁਕਾਬਲਾ ਕੀਤਾ 4 ਦਿਨ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਉਹਨੇ ਧੱਕਾ ਕੀਤਾ ਸਾਡੇ ਨਾਲ ਹੁਣ ਅਮਰੀਕਾ ਕੈਨੇਡਾ ਵਾਲੇ ਦੱਸਿਓ ਹਾਂਜੀ ਜਿਹੜੇ ਉੱਥੇ ਟਕਸਾਲੀ ਵੀ ਆ ਜਿਹੜੇ ਆਮ ਜੈਨੂਨ ਬੰਦੇ ਆ ਉਹ ਸੋਚ ਕੇ ਦੱਸਿਓ ਵੀ ਤੁਹਾਡੇ ਦੇਸ਼ ਵਿੱਚ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਕਿਸੇ ਘਰ ਦੇ ਵਿੱਚ ਪੁਲਿਸ ਨੂੰ ਪਤਾ ਲੱਗੇ ਕਿ ਇੱਥੇ ਬੰਦੇ ਕੋਲ ਨਜਾਇਜ਼ ਅਸਲਾ ਆ ਜਾਂ ਇਨ ਕੋਈ ਦੇਸ਼ ਦੇ ਵਿਰੁੱਧ ਕਾਰਵਾਈ ਕੀਤੀ ਕੋਈ ਪ੍ਰੋਬਲਮ ਹੋਈ ਆ ਪੁਲਿਸ ਗਈ ਆ ਉਹਨੂੰ ਜਾਂ ਕੋਈ ਝਗੜਾ ਹੋ ਕੁਛ ਵੀ ਹੋਇਆ ਠੀਕ ਹੈ ਜੀ ਪੁਲਿਸ ਦੇ 2 ਬੰਦੇ ਗਏ ਅਰੈਸਟ ਕਰਨ ਹਾਂਜੀ ਉਹ ਅੰਦਰੋਂ ਗੋਲੀ ਚਲਾ ਦਿੰਦਾ ਠੀਕ ਹੈ ਜੀ ਪੁਲਿਸ ਵਾਲੇ ਪਿੱਛੇ ਹਟ ਜਾਂਦੇ ਆ ਉਹ ਬੰਦੇ ਹੋਰ ਸੱਦ ਲੈਂਦੇ ਮੰਨ ਲਓ 100-200 ਬੰਦਾ ਆ ਗਿਆ ਹਾਂਜੀ ਪਰ ਉਹ ਅੰਦਰੋਂ ਅਸਲਾ ਜ਼ਿਆਦੇ ਆ ਹਾਂਜੀ ਉਹਨਾਂ ਦੇ 15-20 ਬੰਦੇ ਮਰ ਜਾਂਦੇ ਆ ਹਾਂਜੀ ਉਹ ਜੇ ਕਿਤੇ ਨੌਬਤ ਇਦਾਂ ਦੀ ਆ ਜਾਏ ਹਾਂਜੀ ਵੀ 1.5 ਲੱਖ ਹਾਂਜੀ ਬੰਦਾ ਸੱਦਣਾ ਪੈ ਜਾਏ ਹਾਂਜੀ ਸਰਕਾਰ ਨੂੰ ਹਾਂਜੀ ਠੀਕ ਆ ਹਾਂਜੀ ਤੇ ਉਹ 4 ਦਿਨ ਹਾਂਜੀ ਉਹ ਵੇਟ ਕਰਨ ਹਾਂਜੀ ਉਹ ਤੋਂ ਬਾਅਦ ਕੀ ਕਰੂਗੇ ਉਹ ਕੋਈ ਅਮਰੀਕਾ ਕੈਨੇਡਾ ਦੇ ਵਿੱਚੋਂ ਐਗਜ਼ਾਮਪਲ ਪਿਛਲੇ ਇਤਿਹਾਸ ਵਿੱਚੋਂ ਜਦੋਂ ਦੀ ਡੈਮੋਕਰੇਸੀ ਉੱਥੇ ਆਈ ਹੋਊਗਾ ਹਾਂਜੀ ਦੱਸਿਓ ਵੀ ਜਿੱਥੇ ਤੁਹਾਡੇ ਮੁਲਕ ਦੇ ਵਿੱਚ ਆਪਣੇ ਮੁਲਕ ਚ ਹਾਂਜੀ ਪੁਲਿਸ ਨੂੰ ਸਰਕਾਰ ਨੂੰ ਮਿਲਟਰੀ ਨੂੰ 1.5 ਲੱਖ ਬੰਦਾ ਭੇਜਣਾ ਪੈ ਗਿਆ ਹੋਵੇ ਹਾਂਜੀ ਉੱਥੇ 4 ਦਿਨ ਵੇਟ ਕੀਤੀ ਹੋਵੇ ਉਹਨੇ ਹਾਂਜੀ ਤੇ ਬੰਦੇ ਮਰ ਗਏ ਹੁਣ ਉਹਨਾਂ ਦੇ ਹਜ਼ਾਰਾਂ ਹੀ ਹਾਂਜੀ ਅਸੀਂ ਇਹੀ ਕਹਿੰਦੇ ਹਾਂ ਨਾ ਹਾਂਜੀ ਹਾਂਜੀ ਉਹ ਤਾਂ ਜੀ ਏਦਾਂ ਕੁਲਦੀਪ ਸਿੰਘ ਬਰਾੜ ਕਹਿੰਦਾ ਵੀ 1000 ਬੰਦੇ ਮਰ ਗਏ ਸਾਡੇ ਤਾਂ ਹਾਂਜੀ ਠੀਕ ਆ ਠੀਕ ਹੈ ਪੜ੍ਹਨੇ ਪਾ ਤੇ ਹੁਣ 1000 ਬੰਦੇ ਮਰ ਗਏ ਹੁਣ ਉਹ ਤੋਂ ਬਾਅਦ ਹਾਂਜੀ ਉਹ ਕੀ ਕਰੂਗੀ ਸਰਕਾਰ ਜਲੂਸ ਕੱਢੂ ਚੰਗੀ ਤਰ੍ਹਾਂ ਜੀ ਅਸੀਂ ਅਸੀਂ ਕਿੱਦਾਂ ਦੋਸ਼ ਲਾਉਣੀ ਅਸੀਂ ਸਾਨੂੰ ਸਮਝ ਨਹੀਂ ਆਉਂਦੀ ਵੀ ਇਹ ਗੱਲ ਕਹਿ ਕੇ ਹਾਂਜੀ ਵੀ 1.5 ਲੱਖ ਮਿਲਟਰੀ ਨੂੰ ਅਸੀਂ 4 ਦਿਨ ਪੜ੍ਹਨੇ ਪਾਈ ਰੱਖਿਆ ਇਹ ਗੱਲ ਕਹਿ ਕੇ ਹਾਂ ਜਸਟੀਫਾਈ ਕਰਦੇ ਅਸੀਂ ਸਰਕਾਰ ਦੇ ਐਕਸ਼ਨ ਨੂੰ ਜਸਟੀਫਾਈ ਅਸੀਂ ਇਹ ਕਹੀਏ ਵੀ ਅੰਦਰ ਸ਼ਰਧਾਲੂ ਸੀ ਹਾਂਜੀ ਆਮ ਸੰਗਤ ਆਈਓ ਸੀ ਹਾਂਜੀ ਤੇ ਆ ਕੇ ਅਚਿੰਤੇ ਪੈ ਗਿਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਪਤਾ ਹੀ ਨਹੀਂ ਲੱਗਾ ਹਾਂਜੀ ਠੀਕ ਆ ਤੇ ਜਿਹੜਾ ਕਹਿੰਦੇ ਆ ਜੀ ਭਾਈ ਉਨੀ ਬਾਹਰ ਨਿਕਲੋ ਤਾਂ ਸਪੀਕਰ ਪਰੇ ਕਰੀ ਗਏ ਹਾਂਜੀ ਅੰਦਰ ਤਾਂ ਗਿਆ ਹੀ ਨਹੀਂ ਉਹ ਤਾਂ ਬਾਹਰ ਦਰਸ਼ਨੀ ਰੇਹੜੀ ਤੇ ਸਪੀਕਰ ਬੋਲਿਆ ਜਿੰਨੀ ਕੁ ਸੰਗਤ ਮੋਹਰੇ ਸੀ ਨਿਕਲ ਗਏ ਬਾਕੀ ਤਾਂ ਅੰਦਰ ਭੌਂਦੇ ਤੇ ਗੋਲੀਆਂ ਨਾਲ ਉਹ ਤਾਂ 1000 ਕਤਲ ਕਰਤੇ ਉਨੀ ਤਾਂ ਹਾਂਜੀ ਠੀਕ ਹੈ ਸਾਡੇ ਬੰਦੇ ਤਿਆਰ ਸੀ ਉਹਨੂੰ ਇੱਥੇ ਗੱਲ ਕਰਨੀ ਚਾਹੁੰਦੇ ਸੀ ਹਾਂਜੀ ਸਾਡੇ ਕੋਲ ਤਾਂ ਨੈਗੋਸ਼ੀਏਟ ਕਰਨ ਲਈ ਮੁੱਦੇ ਇੰਨੇ ਸੀ ਤੁਸੀਂ ਆਪਣਾ ਪੱਖ ਰੱਖਣਾ ਸਿਆਣਪ ਨਾਲ ਰੱਖੋ ਤਾਂ ਹਾਂਜੀ ਗੁੰਡਿਆਂ ਵਾਂਗ ਕਿਉਂ ਕਰਦੇ ਆਹੀ ਤਾਂ ਪ੍ਰੋਬਲਮ ਆ ਨਾ ਆਹੀ ਪ੍ਰੋਬਲਮ ਆ ਕਿਉਂਕਿ ਇਹ ਇਦਾਂ ਹੀ ਮੌਕਾ ਦਿੰਦੇ ਆ ਜਸਟੀਫਾਈ ਕਰਨ ਨੂੰ ਉਹ ਬੰਦਿਆਂ ਨੇ ਅੱਜ ਤੱਕ ਕਿਸੇ ਵੀ ਚਾਹੇ ਮੱਕਾ ਵਾ ਹਰਿਦੁਆਰ ਆ ਵੈਟੀਕਨ ਸਿਟੀ ਆ ਦੁਨੀਆਂ ਦੇ ਕਿਸੇ ਧਰਮ ਦਾ ਕੋਈ ਵੀ ਇਤਿਹਾਸਿਕ ਸਥਾਨ ਇਦਾਂ ਦਾ ਜਿਹਨੂੰ ਗੜ ਮੰਨਿਆ ਜਾਂਦਾ ਹੋਵੇ ਕਿਸੇ ਡੈਮੋਕਰੇਸੀ ਚ ਅੱਜ ਤੱਕ ਹਮਲਾ ਨਹੀਂ ਹੋਇਆ ਡਸਨਟ ਮੈਟਰ ਚਾਹੇ ਡਿਕਟੇਟਰਸ਼ਿਪ ਅੱਜ ਦੇ ਜ਼ਮਾਨੇ ਚ ਸਾਰੇ ਲੋਕ ਸਾਰੇ ਧਰਮਾਂ ਦੇ ਲੋਕੀ ਹੈਰਾਨ ਸੀ ਪਰੇਸ਼ਾਨ ਸੀ ਵੀ ਯਾਰ ਇਹ ਗਲਤ ਹੋਇਆ ਚਾਹੇ ਉਹ ਚ ਅੰਤਵਾਦੀ ਬੈਠੇ ਸੀ ਉਹਨਾਂ ਧਾਰਮਿਕ ਸਥਾਨ ਦੀ ਲਿਹਾਜ਼ ਕਰਨੀ ਚਾਹੀਦੀ ਸੀ ਕੋਈ ਜੈਨੂਅਨ ਬੰਦਾ ਇਦਾਂ ਫੀਲ ਕਰਦਾ ਜਿਹੜਾ ਵੀ ਹੁਣ ਰਿਲੀਜੀਅਸ ਪਰਸਨ ਆ ਪਰ ਜਦੋਂ ਇਦਾਂ ਦੀ ਖ਼ਬਰ ਆਉਂਦੀ ਹੈ ਵੀ 1.5 ਲੱਖ ਮਿਲਟਰੀ ਲਾਉਣੀ ਪੈ ਗਈ ਤਾਂ ਬੰਦਾ ਸਮਝਦੇ ਗਿਆ ਵੀ ਫਿਰ ਤਾਂ ਉਹਨਾਂ ਨੂੰ ਹੋਰ ਆਪਸ਼ਨ ਕੀ ਦਿੱਤੀ ਹੈ ਅੰਦਰ ਕੁਛ ਨਾ ਕੁਛ ਖਤਰਨਾਕ ਹੁੰਦਾ ਬੰਦੇ ਆਰਮੀ ਛੱਡਣੀ ਪੈ ਗਈ ਨਹੀਂ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਸਾਡੇ ਨਾਲ ਸਰੋਤੇ ਆ ਜੀ ਇੱਕ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਉਹ ਸਵਾਲ ਭਾਜੀ ਕਈ ਹੁੰਦੇ ਨੇ ਨਾ ਜਿੱਦਾਂ ਨਵੀਂ ਰਿਕਾਰਡਿੰਗ ਸੁਣੀ ਦੀ ਜਾਂ ਰੇਡੀਓ ਲਾਈਵ ਚੱਲਦੇ ਤੇ ਸੁਣੀ ਜਿਹੜਾ ਸਵਾਲ ਹੋਰ ਵੀ ਬਣੀ ਜਾਂਦੇ ਨੇ ਜਿਹੜੀਆਂ ਹੁਣ ਤੁਸੀਂ ਹੁਣ ਗੱਲ ਕਰਦੇ ਪਏ ਸੀ ਦਰਬਾਰ ਸਾਹਿਬ ਦੇ ਬਾਰੇ ਵੀ ਕੁਲਦੀਪ ਬਰਾੜ ਨੇ ਉਹ ਕਿਤਾਬ ਜਿਹੜੀ ਲਿਖੀ ਹੈ ਉਹ ਐਸ ਐਮ ਸ਼ਰਿਆਂ ਬਾਹਰ ਜਿਹੜੀ ਦਮਦਮੀ ਟਕਸਾਲ ਦੀਆਂ 31 ਨੰਬਰ 32 ਨੰਬਰ ਦੁਕਾਨਾਂ ਨੇ ਉੱਥੇ ਵਿਕਦੀਆਂ ਪਈਆਂ ਨੇ ਇਹ ਕਿਤਾਬਾਂ ਤੇ ਇੱਕ ਸਾਈਡ ਤੇ ਸਰਕਾਰ ਦੇ ਉੱਤੇ ਇੰਨਾ ਵੱਡਾ ਇਲਜ਼ਾਮ ਲਾਇਆ ਜਾਂਦਾ ਕੁਲਦੀਪ ਬਰਾੜ ਵੱਲੋਂ ਵੀ ਉਹ ਕੁਲਦੀਪ ਬਰਾੜ ਵੀ ਓਪਨਲੀ ਜਾ ਕੇ ਸਾਰੇ ਸਟੇਟਮੈਂਟ ਆਪਣੀ ਦੇਣ ਡਿਆ ਇੰਟਰਵਿਊ ਦੇਣ ਡਿਆ ਕਮਰ ਸੰਧੂ ਨੇ ਜਿਹੜੀ ਉਹਦੀ ਇੰਟਰਵਿਊ ਲਈ ਤੇ ਸਟੇਟ ਇੰਨੀ ਜ਼ਿਆਦਾ ਹੀ ਜਾਣੀ ਆਪਣੀ ਸਟੇਟ ਨੂੰ ਮੂਰਖ ਸਮਝਦੇ ਆ ਇੱਕ ਸਾਈਡ ਤੇ ਅਸੀਂ ਕਹਿਣ ਡਿਆ ਵੀ ਦਰਬਾਰ ਸਾਹਿਬ ਨੂੰ ਧੋਣ ਵਾਸਤੇ ਉਹਨਾਂ ਨੇ 16 ਮਹੀਨੇ ਪਹਿਲਾਂ ਇਹਦੀ ਟ੍ਰੇਨਿੰਗ ਕਰਵਾਈ ਫੌਜੀਆਂ ਨੂੰ ਤੇ ਦੂਜੀ ਸਾਈਡ ਅਜੇ ਤੱਕ ਉਹ ਕਿਤਾਬਾਂ ਇੰਨੀ ਓਪਨਲੀ ਇੰਨਾ ਜਾਣੀ ਕੋਈ ਟਾਈਮ ਮੈਨੂੰ ਵੀ ਯਾਦ ਹੈ ਕਿਸੇ ਬੰਦੇ ਨੇ ਮੁੰਡੇ ਮੇਰੇ ਯਾਰ ਦੋਸਤ ਨੇ ਸੀ ਡੀ ਦਿੱਤੀ ਮੈਨੂੰ ਭਿੰਡਰਾਂ ਵਾਲੇ ਦੀ ਉਹਨੇ ਮੈਨੂੰ ਨਾਲੇ
ਕੋਟੇਸ਼ਨ ਦਿੱਤੀ ਵੀ ਜੇ ਕੱਲ ਨੂੰ ਬਾਈ ਚਾਂਸ ਇਹ ਸੀਡੀ ਕਿਤੇ ਸਾਹਮਣੇ ਆ ਜਾਂਦੀ ਹੈ ਤਾਂ ਤੂੰ ਮੇਰਾ ਨਾਂ ਨੀ ਲੈਣਾ ਹੈਗਾ ਵੀ ਕਿਤੇ ਮੈਂ ਤੂੰ ਮੇਰੇ ਕੋਲੋਂ ਲੈ ਕੇ ਗਿਆ। ਵੀ ਮੈਂ ਪੁੱਛਦਾ ਰਿਹਾ ਵੀ ਕੀ ਕਾਰਨ, ਉਹ ਕਹਿੰਦਾ ਜੀ ਇਹਦੀ ਫੜਫੜਾਈ ਆ ਬੜਿਆ ਹੌਲੀ ਹੌਲੀ। ਉਦੋਂ ਬਾਅਦ ਜਿੱਦਾਂ ਮੈਂ ਇਸ ਪਾਸੇ ਲੱਗਿਆ ਵੀ ਵੇਖਿਆ ਸੁਣਿਆ ਵੀ ਕੀ ਇਹ ਸਾਨੂੰ ਵੀ ਬੜਾ ਤਗੜਾ ਹੀਰੋ ਲੱਗਦਾ ਸੀ ਉਹ। ਤੇ ਇਹ ਅਸਲ ਚ ਅਸੀਂ ਖੁਦ ਜਿਹੜੇ ਸਾਡੇ ਮਾਂ ਪਿਓ ਨੇ ਜਾਂ ਸਾਡੇ ਟੀਚਰ ਨੇ ਇਹ ਵੀ ਸਾਨੂੰ ਡੈਮੋਕਰੇਸੀ ਦਾ ਅਸਲ ਮਤਲਬ ਨੀ ਸਮਝਾ ਸਕੇ। ਮੈਨੂੰ ਲੱਗਦਾ ਸ਼ਾਇਦ ਤੁਸੀਂ ਜਿੱਦਾਂ ਹੁਣ ਬਹੁਤੇ ਬੰਦੇ ਬਾਹਰ ਜਾਣ ਡਏ ਨੇ ਜਾਂ ਰੇਡੀਓ ਦੇ ਥਰੂ ਜਾਂ ਕੋਈ ਏਦਾਂ ਫੇਸਬੁੱਕ ਦੇ ਥਰੂ ਸਾਨੂੰ ਡੈਮੋਕਰੇਸੀ ਦਾ ਹੁਣ ਸਮਝ ਪੈਂਦੀ ਹੈ ਕਿ ਅਸਲ ਡੈਮੋਕਰੇਸੀ ਕਹਿੰਦੇ ਕਿਹਨੂੰ ਨੇ ਤੇ ਅਸੀਂ ਡੈਮੋਕਰੇਸੀ ਨੂੰ ਕਿੱਥੋਂ ਤੱਕ ਜ਼ਿਆਦਾ ਨੁਕਸਾਨ ਕਰਨ ਡਏ ਹਾਂ। ਨਹੀਂ ਨਹੀਂ ਦੋ ਹੀ ਗੱਲਾਂ ਸੀਆਂ ਨਾ ਵੀਰੋ, ਧਿਆਨ ਨਾਲ ਦੇਖੋ। ਜਦੋਂ ਨਾ ਅਸੀਂ ਡਿਕਟੇਟਰਸ਼ਿਪ ਦੀ ਗੱਲ ਕਰਦੇ ਹਾਂ ਉਹ ਚ ਗੱਲ ਇਹ ਸੀ ਵੀ ਜਿਸ ਬੰਦੇ ਕੋਲ ਤਾਕਤ ਹੈਗੀ ਆ ਹਾਂਜੀ ਠੀਕ ਆ ਹਾਂਜੀ ਉਹ ਲੈ ਲਵੇ ਹਾਂਜੀ, ਜਿਹਦੀ ਜਿਹਨੂੰ ਕਹਿੰਦੇ ਜਿਹਦੀ ਲਾਠੀ ਉਹਦੀ ਮੱਝ ਠੀਕ ਹੈ ਨਾ ਹਾਂਜੀ। ਹੁਣ ਉਹਦੇ ਵਿੱਚ ਕੀ ਸੀਗਾ ਵੀ ਕੋਈ ਸਾਂਝੀ ਕਮੇਟੀ ਨਹੀਂ ਸੀ, ਕੋਈ ਬੰਦਿਸ਼ ਨਹੀਂ ਸੀ ਕਿਸੇ ਬੰਦੇ ਨੇ। ਮੰਨ ਲਓ ਇੱਕ ਇੱਕ ਪੰਜਾਬ ਵਰਗੀ ਸਟੇਟ ਆ ਉਹਦੇ ਵੀ 15 ਮੁਲਕ ਬਣੇ ਹੋਏ ਸੀ ਹਾਂਜੀ, ਕਿਤੇ ਕਮਿਊਨੀਕੇਸ਼ਨ ਨਹੀਂ ਸੀ ਹੋ ਸਕਦਾ। ਹੁਣ ਹੁਣ ਕਿਉਂਕਿ ਜਿਹੜਾ ਮੋਹਰੇ ਆਉਣੇ ਵਾਲਾ ਸਮਾਂ ਆ ਹੁਣ ਤਾਂ ਹੋ ਸਕਦਾ ਤਾਂ ਚੰਦਰ ਜਿਹੜੇ ਜਿਹੜੇ ਚੰਦ ਆ ਜਾਂ ਮੰਗਲ ਆ ਇਦਾਂ ਦੇ ਹੋਰ ਗ੍ਰਹਿ ਆ ਉਹਨਾਂ ਦੇ ਨਾਲ ਵੀ ਇਹਨਾਂ ਨੂੰ ਰਾਬਤਾ ਕਰਨਾ ਪੈ ਜਾਵੇ। ਇਦਾਂ ਨੈਟ ਉੱਥੇ ਵੀ ਗਾਹਾਂ ਆਉਣ ਵਾਲੇ ਹੋਰ 2-400 ਸਾਲ ਤੱਕ ਹਾਂਜੀ ਹਾਂਜੀ ਉੱਥੇ ਵੀ ਟੀਵੀ ਇੱਦਾਂ ਚੱਲੇ ਵੀ ਕੈਮਰਾ ਉੱਥੇ ਆ ਤੇ ਇਧਰ ਲੋਕ ਸੁਣ ਰਹੇ ਖਬਰਾਂ ਹਾਂਜੀ ਠੀਕ ਆ। ਫਿਰ ਉਹ ਜਦੋਂ ਹੋਇਆ ਉਹਦੇ ਚ ਇਹ ਚੀਜ਼ ਜ਼ਰੂਰੀ ਸੀ ਵੀ ਕੋਈ ਨਾ ਕੋਈ ਲਿਮਿਟ ਜਿਹੜੀ ਆ ਨਾ ਹਾਂਜੀ ਕੋਈ ਨਾ ਕੋਈ ਦਾਇਰਾ ਕੋਈ ਨਾ ਕੋਈ ਸਾਂਝਾ ਕਾਨੂੰਨ ਬਣੇ ਹਾਂਜੀ। ਉਹਦੇ ਲਈ ਫਿਰ ਜਦੋਂ ਇਹ ਗੱਲ ਜਦੋਂ ਗੱਲ ਆਈ ਆ ਵੀ ਭਾਈ ਹਰੇਕ ਬੰਦੇ ਨੂੰ ਹੱਕ ਹੋਣਾ ਚਾਹੀਦਾ ਹਾਂਜੀ, ਉਹਦੇ ਚ ਵੱਡਾ ਸਵਾਲ ਹੀ ਇਹ ਹੋਇਆ ਵੀ ਜਦੋਂ ਹੱਕ ਦੇਣੇ ਆ ਤੁਸੀਂ ਹਾਂਜੀ ਠੀਕ ਆ ਹਾਂਜੀ ਉਦੋਂ ਲੜਾਈ ਜਿਹੜੀ ਆ ਉਹਨੂੰ ਕਿੱਦਾਂ ਸੋਲਵ ਕਰਾਂ। ਬਿਲਕੁਲ ਠੀਕ ਆ ਠੀਕ ਹੈ ਜੀ। ਬਸ ਉੱਥੇ ਉੱਥੇ ਜਿਹੜਾ ਰਾਈਟ ਟੂ ਵਾਇਲੈਂਸ ਆ ਨਾ ਉਹ ਪਹਿਲਾਂ ਤੈਅ ਹੋਇਆ ਹਾਂਜੀ ਬਿਲਕੁਲ ਜੀ। ਫਿਰ ਪਹਿਲਾਂ ਤੁਸੀਂ ਲੋਕਾਂ ਨੂੰ ਸਾਰੇ ਹੱਕ ਆ, ਤੁਹਾਡਾ ਮੁਲਕ ਆ, ਤੁਹਾਡੀ ਸਰਕਾਰ ਆ, ਤੁਸੀਂ ਪ੍ਰਧਾਨ ਮੰਤਰੀ ਬਣ ਜਾਓ, ਰਾਸ਼ਟਰਪਤੀ ਬਣ ਜਾਓ, ਜੋ ਮਰਜ਼ੀ ਕਰ ਲਓ, ਜਿਹੜੀ ਮਰਜ਼ੀ ਜੋਬ ਤੱਕ ਪਹੁੰਚ ਜਾਓ। ਪਰ ਇੱਕ ਗੱਲ ਆ ਵੀ ਲੜਾਈ ਜਿਹੜੀ ਆ ਨਾ ਉਹ ਸਰਕਾਰ ਤੇ ਛੱਡ ਦਿਓ। ਜੇ ਤੁਹਾਡਾ ਕੋਈ ਝਗੜਾ ਹੁੰਦਾ ਤੁਸੀਂ ਰਿਪੋਰਟ ਕਰੋ ਜਾ ਕੇ ਹਾਂਜੀ। ਉਹ ਵੀ ਉਹਨਾਂ ਨੇ ਇਦਾਂ ਨਹੀਂ ਛੱਡਿਆ ਵੀ ਜਿਹਦੇ ਕੋਲ ਰਿਪੋਰਟ ਕਰਨੀ ਆ ਉਹਨੇ ਫੈਸਲਾ ਕਰ ਦੇਣਾ ਜਾ ਕੇ, ਨਾ ਠੀਕ ਆ, ਉਹਨੇ ਸੁਣ ਲਿਆ ਆ, ਉਹ ਆਪਣੀ ਸਮਝ ਦੇ ਅਨੁਸਾਰ ਤੈਅ ਕਰ ਲਊਗਾ ਵੀ ਕਿਹਦੀ ਗਲਤੀ ਆ, ਉਹਨੂੰ ਚਾਰਜ ਕਰਕੇ ਲੈ ਜਾਊਗਾ। ਪਰ ਜਿਹੜੀ ਸਜ਼ਾ ਹੋਣੀ ਆ ਨਾ ਉਹ ਇੱਕ ਨਿਰਪੱਖ ਬੋਡੀ ਬੈਠੀ ਆ, ਦੋਹਾਂ ਧਿਰਾਂ ਨੂੰ ਸੁਣੂਗੀ। ਉੱਥੇ ਜਾ ਕੇ ਜਿੰਨਾ ਮਰਜ਼ੀ ਨਖਿੱਧ ਬੰਦਾ ਹੋਵੇ ਦੁਨੀਆਂ ਦੇ ਵਿੱਚ, ਡੈਮੋਕਰੇਸੀ ਚ ਜਿੰਨਾ ਮਰਜ਼ੀ ਵੱਡਾ ਦੋਸ਼ੀ ਹੋਵੇ ਉਹਨੂੰ ਆਪਣਾ ਵਕੀਲ ਕਰਨ ਦਾ ਪੂਰਾ ਹੱਕ ਦਿੱਤਾ ਜਾਂਦਾ। ਬਿਲਕੁਲ ਜੀ ਹਾਂਜੀ। ਤੇ ਕੋਈ ਇਦਾਂ ਦੀ ਗੱਲ ਨਾ ਰਹਿ ਜਾਏ ਜਿਹੜੀ ਵਿਚਾਰੀ ਨਾ ਜਾਂਦੀ ਨਾ। ਹਾਂਜੀ ਬਿਲਕੁਲ ਜੀ। ਇਹ ਇੱਕ ਤੁਸੀਂ ਭਾਈ ਪਹਿਲਾਂ ਗੱਲ ਕਰਦੇ ਸੀ ਨਾ ਜਿਹੜੇ ਜੁਝਾਰੂ ਸਿੰਘ ਜਾਂ ਫਲਾਣਾ ਇਹਨਾਂ ਦੇ ਕਰੈਕਟਰ ਵਾਈਜ਼, ਹਾਂਜੀ ਉਹਦੇ ਬਾਰੇ ਤਾਂ ਮੈਨੂੰ ਗੱਲ ਯਾਦ ਆਈ ਸੀ। ਸਾਡੇ ਇੱਥੇ ਪਿੰਡ ਦੇ ਵਿੱਚ ਵੀ ਸੀ, ਸਾਡੀ ਰਿਸ਼ਤੇਦਾਰੀ ਚ ਵੀ ਇੱਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਨੇ। ਸਾਡੇ ਪਿੰਡ ਦੇ ਵਿੱਚ ਇੱਕ ਮਤਲਬ ਹੁਣ ਮੈਂ ਨਾਂ ਤੇ ਨਹੀਂ ਦੱਸਣਾ ਚਾਹੁੰਦਾ, ਮੈਂ ਨੀ ਚਾਹੁੰਦਾ ਵੀ ਉਹ ਪੁਰਾਣੀਆਂ ਗੱਲਾਂ ਜਿਹਨੂੰ ਕੋਈ ਇੱਦਾਂ ਸੁਣੇ ਬਾਈ ਚਾਂਸ ਤੇ ਉਹ ਗੱਲਾਂ ਸਾਹਮਣੇ ਆਉਣ, ਕਿਉਂਕਿ ਲੋਕਾਂ ਨੇ ਪਰਦੇ ਬੜੇ ਬਣਾ ਲਏ ਨੇ। ਜਦੋਂ ਭਿੰਡਰ ਵਾਲਿਆਂ ਦਾ ਕਤਲ ਹੋਇਆ, ਭਿੰਡਰ ਵਾਲੇ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਦੋਂ ਦਾ ਪੈਸਾ ਜਿਹੜਾ ਇਕੱਠਾ ਕੀਤਾ ਸੀ ਧਾਰਾਂ ਵਾਸਤੇ ਜਾਂ ਗੁਰਦੁਆਰੇ ਵਾਸਤੇ ਜਾਂ ਭਿੰਡਰ ਵਾਲੇ ਦੇ ਨਾਂ ਤੇ ਜਿੰਨਾ ਵੀ ਉਹ ਚੱਲਦਾ ਸੀ ਸਿਲਸਿਲਾ, ਵੀ ਕਿਸੇ ਨੂੰ ਬੰਦੀ ਬਣਾ ਲਿਆ, ਕਿਸੇ ਦਾ ਅਗਵਾਹ ਕਰ ਲਿਆ, ਕਿਸੇ ਦਾ ਕਬਜ਼ਾ ਲੈ ਦਿੱਤਾ, ਉਹ ਪੈਸਾ ਤਕਰੀਬਨ 50 ਪਿੰਡਾਂ ਪਿੱਛੇ ਇੱਕ ਦੋ ਪਿੰਡ ਦੇ ਵਿੱਚ ਜ਼ਰੂਰ ਸੇਵ ਕੀਤਾ ਜਾਂਦਾ ਸੀ, ਕੋਈ ਭਰੋਸੇਯੋਗ ਬੰਦੇ ਲੱਭ ਕੇ ਉਹ ਜਨਾਨੀਆਂ ਦੇ ਥਰੂ ਇੱਧਰ ਉੱਧਰ ਭੇਜਿਆ ਵੀ ਜਾਂਦਾ ਰਿਹਾ ਜੀ ਉਹਨਾਂ ਦਿਨਾਂ ਦੇ ਵਿੱਚ। ਤੇ ਜਿੱਦਾਂ ਹੀ ਇਹ ਅਟੈਕ ਹੋਇਆ ਜੀ, ਉਹਨਾਂ ਦਿਨਾਂ ਚ ਉਹ ਪੈਸਾ ਬਹੁਤ ਜ਼ਿਆਦਾ ਬੰਦਿਆਂ ਨੇ ਨੱਪਿਆ, ਕੁਛ ਤੇ ਕਈਆਂ ਦੀ ਤਾਂ ਨੀਤ ਪਹਿਲਾਂ ਹੀ ਹਰਾਮੀ ਹੋਈ ਹੋਏਗੀ ਜਿਨ੍ਹਾਂ ਨੇ ਇੰਨਾ ਇੰਨਾ ਪੈਸਾ ਇਕੱਠਾ ਦੇਖਣਾ, ਕਿਉਂਕਿ ਉਸ ਟਾਈਮ ਤੇ ਕਿਹੜਾ ਇੰਨਾ ਪੈਸਾ ਲੋਕਾਂ ਦੇ ਘਰਾਂ ਚ ਆਇਆ ਸੀ, ਕੋਈ ਸ਼ੱਕ ਨੀ। ਤੇ ਹਾਂਜੀ ਕੁਛ ਇਹਨਾਂ ਨੇ ਮਤਲਬ ਇੱਕ ਸਾਡੇ ਪਿੰਡ ਦੀ ਗੱਲ ਸੀਗੀ, ਉੱਥੇ ਇੱਕ ਘਰ ਦੇ ਵਿੱਚ ਅੱਜ ਮਤਲਬ ਤਕੜੇ ਬਿਜ਼ਨਸ ਉਹਨਾਂ ਦਾ ਹੋ ਗਿਆ, ਜਾਣੀ ਉਹਨਾਂ ਦੀ ਜ਼ਮੀਨ ਘਰ ਦੀ 4 ਕਿੱਲੇ ਮਸਾਂ ਸੀ, ਇਸ ਟਾਈਮ ਉਹਨਾਂ 20-25 ਕਿੱਲੇ ਦੇ ਮਾਲਕ ਨੇ, ਸਾਰਾ ਟੱਬਰ ਉਹਨਾਂ ਦਾ ਬਾਹਰ ਬੈਠਾ ਸੀ। ਉਹਨਾਂ ਦੇ ਘਰ ਦੇ ਵਿੱਚ ਇੱਕ ਜਗ੍ਹਾ ਬਣਾਈ ਜਿੱਦਾਂ ਉਹਨਾਂ ਨੇ ਕਮਰਾ ਬਣਾਇਆ ਸੀ, ਉੱਥੇ ਸਿਰਫ 2 ਜਨਾਨੀਆਂ ਜਾ ਸਕਦੀਆਂ ਸੀ, ਉਹ ਵੀ ਕੁਆਰੀਆਂ ਕੁੜੀਆਂ ਸਨ ਜਿੱਦਾਂ ਵਿਆਹੀਆਂ ਨੀ ਸੀ ਅਜੇ, ਹੋਰ ਕਿਸੇ ਨੂੰ ਕੋਈ ਹੱਕ ਨੀ ਸੀ ਉਸ ਘਰ ਦੇ ਵਿੱਚ ਅੰਦਰ ਜਾਣ ਦਾ, ਉਸ ਕਮਰੇ ਦੇ ਵਿੱਚ ਜਾਣ ਦਾ। ਇਹ ਗੱਲ ਅਜੇ ਤੱਕ ਵੀ ਦੱਸੀ ਜਾਂਦੀ, ਜਦੋਂ ਕਿਸੇ ਨੂੰ ਪੁੱਛੀਏ ਕਿ ਕਿਉਂ, ਇਹਦਾ ਕੋਈ ਜਵਾਬ ਨੀ ਦਿੰਦਾ ਜੀ। ਜਾਂ ਤੇ ਉਹ ਕਮਰੇ ਨੂੰ ਹਜ਼ੂਰ ਸਾਹਿਬ ਵਰਗਾ ਮੰਨਦੇ ਸੀ ਵੀ ਜਦੋਂ ਲਓ ਜੀ ਇੱਥੇ ਇੱਦਾਂ ਵੀ ਵਿਆਹ ਹੋਇਆ ਬੰਦਾ ਜਾ ਨੀ ਸਕਦਾ, ਉਹੀ ਜਾਊ ਜਿਹੜਾ ਬ੍ਰਹਮਚਾਰੀ ਹੈ, ਤੇ ਜਾਂ ਫਿਰ ਇੱਥੇ ਕੋਈ ਕਾਲਾ ਮਾਲਾ ਹੁੰਦਾ ਹੋਊਗਾ ਪੱਕਾ। ਜਿਹੜਾ ਇਹ ਲੋਕ ਅੱਜ ਸ਼ਰਮ ਦੇ ਮਾਰੇ ਨਹੀਂ ਦੱਸਦੇ ਪਏ ਕਿਸੇ ਨੂੰ ਇੱਕ ਦੂਜੇ ਨੂੰ ਵੀ ਹਾਂ ਵਾਕਈ ਕਿਉਂ ਕੁੜੀਆਂ ਉੱਥੇ ਅੰਦਰ ਜਾਂਦੀਆਂ ਸੀ, ਕਿਉਂ ਕੁੜੀਆਂ ਹੀ ਗੱਲਾਂ ਪੈਸਾ ਤੇ ਆਪੋ ਕੁੜੀਆਂ ਤੇ ਇੰਨਾ ਯਕੀਨ ਕਿਉਂ ਕੀਤਾ ਜਾਂਦਾ ਸੀ ਵੀ ਪੈਸਾ ਉਹ ਇੱਧਰ ਉੱਧਰ ਕਰੀ ਜਾਂਦੀਆਂ ਨੇ।
ਕਰੈਕਟਰ ਵਾਈਜ਼ ਉਸ ਟਾਈਮ ਲੋਕਾਂ ਨੂੰ ਪਰਦੇ ਪਾਉਣ ਦੀ ਆਦਤ ਬੜੀ ਹੁੰਦੀ ਸੀ, ਲੋਕੀ ਇਸ ਚੀਜ਼ ਨੂੰ ਇਹ ਗੱਲ ਦੱਸਦੇ ਨੇ ਕਿ ਲਓ ਜੀ ਕਿਸੇ ਦੀ ਧੀ ਭੈਣ ਭੱਜ ਗਈ ਜਾਂ ਕੁਛ ਹੋ ਗਿਆ ਜੀ, ਅਸੀਂ ਨਾਂ ਨੀ ਲੈਣਾ, ਕਿਉਂਕਿ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ, ਡਾਇਲੋਗ ਅਜੇ ਤੱਕ ਵੀ ਚੱਲਦੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ। ਨਹੀਂ ਨਹੀਂ, ਅਸੀਂ ਨਾ ਇੱਕ ਬੇਨਤੀ ਆ ਜੀ ਸਰੋਤਿਆਂ ਨੂੰ, ਜਿਹੜਾ ਨਾ ਆਹ ਸ਼ਬਦ ਅਸੀਂ ਵਰਤਦੇ ਹਾਂ ਕਰੈਕਟਰਲੈਸ, ਹਾਂਜੀ ਠੀਕ ਹੈ, ਜਦੋਂ ਅਸੀਂ ਕਿਸੇ ਬੰਦੇ ਨੂੰ ਕਹਿੰਦੇ ਆ ਨਾ ਭਈ, ਬੰਦੇ ਨੂੰ ਜਾਂ ਔਰਤ ਨੂੰ ਕਹਿੰਦੇ ਆ ਭਈ ਵਿਆਹ ਤੋਂ ਬਾਅਦ ਡਿੱਗ ਗਿਆ, ਗਿਰ ਗਿਆ, ਹਾਂਜੀ ਏਦਾਂ, ਠੀਕ ਹੈ, ਕਰੈਕਟਰਲੈਸ ਹੋ ਗਿਆ, ਇਹ ਸ਼ਬਦ ਵਰਤਣੇ ਬੰਦ ਕਰੀਏ, ਠੀਕ ਹੈ ਜੀ, ਠੀਕ ਹੈ। ਅਸੀਂ ਦੇਖੋ ਸਾਨੂੰ ਕਲਚਰ ਖੜਾ ਕਰਨਾ ਪੈਣਾ, ਹਾਂਜੀ, ਕਿਤੇ ਨਾ ਕਿਤੇ ਜਾ ਕੇ ਨਾ ਜਿਹੜਾ ਦੋਸ਼ ਆ, ਹਾਂਜੀ, ਉਹ ਸਾਡੇ ਸਿਸਟਮ ਵਿੱਚ ਆ ਜਿਹਦੇ ਚ ਅਸੀਂ ਲਿਹਾਜ਼ਾਂ ਪੂਰਦੇ ਆ ਰਿਸ਼ਤੇ ਕਰਨ ਲੱਗੇ, ਠੀਕ ਹੈ ਜੀ, ਉਹ ਸਾਨੂੰ ਸੁਧਾਰਨਾ ਪੈਣਾ, ਓਕੇ, ਸਾਨੂੰ ਇਹ ਸਮਝਣਾ ਪੈਣਾ ਵੀ ਜਿਹੜਾ ਵਿਆਹ ਆ ਨਾ, ਹਾਂਜੀ, ਉਹ ਉਹਦੇ ਚ ਬਹੁਤ ਕੁਛ ਆ ਜਿਹੜਾ ਕੰਮ ਕਰਦਾ, ਕੱਲੀ ਇਹ ਨੀ ਹੈਗੀ ਭਈ ਉਮਰ ਪਿੱਛੇ ਟੱਬਰ ਦਾਜ ਇਹ ਗੱਲਾਂ ਨੀ ਹੈਗੀਆਂ, ਠੀਕ ਹੈ ਜੀ, ਜਿਹੜਾ ਨਾ ਜਿਹੜੀ ਮੇਲ ਤਾਂ ਫੀਮੇਲ ਆ, ਕੁੜੀ ਤਾਂ ਮੁੰਡਾ ਆ, ਹਾਂਜੀ, ਠੀਕ ਆ, ਜਿਹੜੀ ਜਨਾਨੀ ਦੀ ਤਾਂ ਬੰਦੇ ਦੀ ਮਰਦ ਦੀ ਸਾਈਕੀ ਆ, ਉਹ ਸਮਝਣੀ ਪੈਣੀ ਆ ਸਾਨੂੰ, ਠੀਕ ਹੈ ਜੀ, ਉਹਦੇ ਚ ਜਿੰਨਾ ਚਿਰ ਉਹਨਾਂ ਦੋਹਾਂ ਦਾ ਮੇਲ ਜੋੜ ਨੀ ਹੈਗਾ ਸਭ ਕਾਸੇ ਦਾ, ਜਿੰਨਾ ਚਿਰ ਉਹਨਾਂ ਦੇ ਅੰਦਰ ਇੱਕ ਦੂਜੇ ਪ੍ਰਤੀ ਚਾਹਨਾ ਨਹੀਂ ਹੈਗੀ, ਹਾਂਜੀ, ਉਹ ਰਿਸ਼ਤਾ ਨਹੀਂ ਨਿਭਣਾ, ਠੀਕ ਹੈ ਜੀ, ਜੇ ਅਸੀਂ ਜਦੋਂ ਅਸੀਂ ਕੀ ਕਰਦੇ ਹਾਂ, ਮੰਨ ਲਓ ਬੇਜੋੜ ਰਿਸ਼ਤਾ ਹੋ ਗਿਆ, ਹਾਂਜੀ, ਹੁਣ ਜੇ ਕਿਸੇ ਨੇ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰਨਾ, ਹਾਂਜੀ, ਮੈਨੂੰ ਪਤਾ ਵੀ ਮੇਰਾ ਦੋਸਤ ਆ ਇੰਡੀਆ, ਹਾਂਜੀ, ਉਹਦੇ ਨਾਲ ਮੇਰੀ ਲਿਹਾਜ਼ ਆ, ਮੈਂ ਚਾਹੁੰਦਾ ਉਹਦੇ ਮੁੰਡੇ ਨਾਲ ਰਿਸ਼ਤਾ ਹੋਵੇ, ਮੈਂ ਲਿਹਾਜ਼ ਪੂਰ ਲਈ, ਜਾਂ ਮੈਨੂੰ ਲੱਗਦਾ ਕਿ ਗਾਹਾਂ ਸਾਡੇ ਰਿਸ਼ਤੇਦਾਰਾਂ ਦੀਆਂ ਕੁੜੀਆਂ ਆ, ਤੇ ਉਹ ਮੁੰਡਾ ਲੱਭੀਏ ਜਿਹਦੇ ਭਰਾ ਹੋਣ, ਉਹ ਗਾਹਾਂ ਸਾਡੀਆਂ ਕੁੜੀਆਂ ਸਾਥ ਲਵੇ, ਮੈਂ ਉਹ ਕਰਦੇ ਹਾਂ, ਹਾਂਜੀ, ਠੀਕ ਆ, ਹੁਣ ਜ਼ਰੂਰੀ ਆ ਲੜਕੀ ਤੇ ਲੜਕਾ ਜਿਹੜੇ ਆ ਉਹਨਾਂ ਦਾ ਪਿਆਰ ਪੈ ਜਾਏ ਆਪਸ ਵਿੱਚ, ਨਹੀਂ ਨਾ, ਹੁਣ ਉਹ ਬੱਧਾ ਰੂਤੀ ਨਾਲ ਨਿਭਾ ਰਹੇ ਆ, ਪਰ ਉਹਦਾ ਜੇ ਹੁਣ ਲੜਕੀ ਨਾਲ ਜ਼ਬਰਦਸਤੀ ਹੋਈ ਜਾਂ ਮੁੰਡੇ ਨਾਲ ਹੋਈ ਆ, ਮਨ ਉਹਦਾ ਹੋਰ ਕਿਤੇ ਆ, ਹਾਂਜੀ, ਹੁਣ ਜਿੱਥੇ ਉਹਦਾ ਮਨ ਆ ਉੱਥੇ ਉਹਦਾ ਜਾਣਾ, ਅਸੀਂ ਕਹਿੰਦੇ ਕਰੈਕਟਰਲੈਸ ਹੋ ਗਿਆ, ਜਦਕਿ ਉਹਨੂੰ ਖੁੱਲ ਚਾਹੀਦੀ ਇਸ ਗੱਲ ਦੀ, ਹਾਂਜੀ, ਜੇ ਨਹੀਂ ਨਿਭੀ, ਹਾਂਜੀ, ਹੁਣ ਜੇ ਅਸੀਂ ਉਹ ਗੱਲ ਨੂੰ ਬਦਲ ਲਈਏ ਥੋੜਾ ਜਿਹਾ ਵੀ ਜਿਹੜਾ ਰਿਸ਼ਤਾ ਹੋ ਗਿਆ, ਮੰਨ ਲਓ ਆਪਣੀ ਮਰਜ਼ੀ ਨਾਲ ਵੀ ਹੋ ਗਿਆ, ਹਾਂਜੀ, ਹੁਣ ਗੋਰਿਆਂ ਦੇ ਇਹ ਗੱਲਾਂ ਨਹੀਂ ਗਿਣੀਆਂ ਜਾਂਦੀਆਂ, ਨਹੀਂ ਕਿਉਂ, ਇੱਥੇ ਵਿਆਹ ਤੋਂ ਬਾਅਦ ਕੋਈ ਬੰਦਾ ਧੋਖਾ ਦਿੰਦਾ ਨਹੀਂ, ਉਹਨੂੰ ਪਤਾ ਆ ਤੇ ਜਦੋਂ ਮੈਨੂੰ, ਹਾਂ, ਜੇ ਮੇਰਾ ਮਨ ਨਹੀਂ ਮੰਨਦਾ ਨਾ, ਮੈਂ ਡਿਵੋਰਸ ਦੇ ਦੇਣਾ, ਬਸ ਉਹਨੂੰ ਆਮ ਕਰ ਦੇਈਏ, ਹਾਂਜੀ, ਇੱਕ ਮਿੰਟ, ਇੱਥੇ ਜਿਹੜੀ ਤੁਸੀਂ ਇਹ ਗੱਲ ਕਹੀ ਹੈ, ਤੁਸੀਂ ਵੇਖੋ ਕਿਤੇ ਪਿੰਡਾਂ ਦੇ ਵਿੱਚ, ਮੈਂ ਸਾਡੇ ਘਰਾਂ ਚ ਵੀ ਇਹ ਗੱਲਾਂ ਸੁਣਦਾ ਰਿਹਾ ਜੀ, ਜਿਹੜੀਆਂ ਸਾਡੀਆਂ ਮਾਂ ਜਾਂ ਦਾਦੀਆਂ ਜਾਂ ਪੜਦਾਦੀਆਂ ਵੀ ਜਾਂ ਰਿਸ਼ਤੇਦਾਰੀ ਚ ਕੋਈ ਆਉਂਦਾ ਨਾ, ਉਹ ਪੁਰਾਣੇ ਵਿਆਹੇ ਨੇ, ਆਪਾਂ ਨੂੰ ਐਂ ਲੱਗਦਾ ਦੇਖਣ ਨੂੰ ਕਿ 20-25 ਸਾਲ 30 ਸਾਲ ਹੋ ਗਏ ਇਹਨਾਂ ਦੇ ਵਿਆਹ ਨੂੰ, ਉਹ ਇੱਕ ਦੂਜੇ ਨੂੰ ਡਾਇਲੋਗ ਜ਼ਰੂਰ ਇਹ ਬੋਲਦੀਆਂ ਹੁੰਦੀਆਂ ਨੇ ਜੀ ਕਿ ਮੈਂ ਹੀ ਆ ਜਿਹੜੀ ਤੇਰੇ ਨਾਲ ਕੱਟ ਗਈ ਆ, ਕੋਈ ਹੋਰ ਹੁੰਦੀ ਤੇ ਇੱਦਾਂ ਕਰਦੇ, ਜਾਂ ਉਹ ਕਹਿਣਗੇ ਵੀ ਮੈਂ ਤੇ ਜਦੋਂ ਦੀ ਵਿਆਹੀ ਆਈ ਆ, ਮੈਂ ਤੇ ਆਹੀ ਕੁਛ ਦੇਖਿਆ ਇੱਥੇ, ਜਾਂ ਬੰਦਾ ਕਹੂਗਾ ਵੀ ਮੈਂ ਹੀ ਰੱਖ ਲਈ ਆ, ਉਹ ਵੀ ਇਦਾਂ ਕਹਿੰਦਾ ਆ, ਮੇਰੇ ਕਰਕੇ ਵਸ ਗਈ ਤੂੰ, ਇਹ ਡਾਇਲੋਗ ਕਿਤੋਂ ਨਾ ਕਿਤੋਂ ਇਸੇ ਚੀਜ਼ ਚੋਂ ਨਿਕਲੇ ਨੇ ਕਿ ਵੀ ਅਸੀਂ ਇੱਕ ਦੂਜੇ ਤੋਂ ਪੂਰੇ ਤੰਗ ਆ, ਪਰ ਅਸੀਂ ਸਮਾਜ ਦੀ ਜਿਹੜੀ ਉਹ ਕਹਿ ਲੋ ਵੀ ਇੱਕ ਦੂਜੇ ਦੇ ਸਾਹਮਣੇ ਬਸ਼ਰਮ ਨਾ ਬਣਦੇ ਮਾਰਿਆ ਵੀ ਜੇ ਕੋਈ ਕਹੂ ਲੈ ਇਹਦਾ ਤਲਾਕ ਕਿਉਂ ਹੋ ਗਿਆ, ਇਹ ਟਿਕਾਣ ਹੋਣੀ ਹੈ ਕੋਈ ਏਦਾਂ ਹੋਣੀ, ਇਹਨਾਂ ਚੀਜ਼ਾਂ ਤੋਂ ਬਚਣ ਦੇ ਮਾਰਿਆ ਅਸੀਂ ਇੱਕ ਦੂਜੇ ਨਾਲ ਇਕੱਠੇ ਰਹੀ ਜਾਂਦੇ ਹਾਂ, ਤੇ ਡੇਰੇਦਾਰਾਂ ਨੇ ਨਾ, ਟਕਸਾਲੀਆਂ ਨੇ ਇਹਨਾਂ ਗੱਲਾਂ ਨੂੰ ਧਰਮ ਬਣਾ ਕੇ ਸਾਡੇ ਤੇ ਆਪ ਹਰ ਤਰ੍ਹਾਂ ਦੀ ਹਰਾਮਖੋਰੀ ਕੀਤੀ ਹੈ, ਪੂਰੀ ਆਪ ਗੁੰਡਾਗਰਦੀ ਕੀਤੀ ਆ, ਭਈ ਉੱਥੇ ਮੁੰਡੇ ਵੀ ਜਿਹੜੇ ਆ ਜਾਣੀ ਵਿਚਾਰੇ ਇਹਨਾਂ ਦੇ ਡੇਰਿਆਂ ਚ ਮੁੰਡੇ ਵੀ ਸੇਫ ਨੀ ਰਹੇ, ਉਹਨਾਂ ਨਾਲ ਵੀ ਜ਼ਬਰਦਸਤੀਆਂ ਹੁੰਦੀਆਂ ਜਾਣ, ਠੀਕ ਹੈ, ਚਰਿੱਤਰ ਪੜ ਪੜ ਕੇ ਇਹਨਾਂ ਨੇ ਪੂਰੀ 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 ਗੁੰਡਾਗਰਦੀ ਕੀਤੀ ਆ ਉਹਦੇ ਨਾਲ, ਜਿਹੜੀ ਤੁਸੀਂ ਗੱਲ